ਇਹ ਦਰਖਤ ਦੀਆਂ ਜੋ ਟਾਹਣੀਆਂ ਥੱਲੇ ਨੂੰ ਨੇ ਨਾ, ਮੇਰੇ ਕਹਿਣ ਦਾ ਮਤਲਬ ਨੀਵੀਆਂ ਨੇ ਬਾਈ, ਇਹਨਾਂ ਦੀ ਕਟਿੰਗ ਕਰਨੀ ਪਊਗੀ, ਕਿਉਂਕਿ ਜਦੋਂ ਨੀਵੀਆਂ ਹੋ ਜਾਂਦੀਆਂ ਨੇ ਫਿਰ ਇੱਥੇ ਨਾ ਹਵਾ ਪੈਣੀ ਬਾਈ ਜਮਾਂ ਬੰਦ ਹੋ ਜਾਂਦੀ ਆ, ਤੇ ਕੱਲ ਨੂੰ ਬਾਈ ਇੰਨੀ ਕਟਿੰਗ ਕਰ ਦਾਂਗੇ, ਫਿਰ ਹਵਾ ਆਪਣੇ ਸਾਰੇ ਪਰਿੰਦਿਆਂ ਨੂੰ ਵਧੀਆ ਲੱਗੀ ਜਾਂਦੀ ਆ, ਕੁਰਸੀ ਪਈ ਆਪਣੀ ਧੁੱਪ ਦੇ ਵਿੱਚ, ਇਹਨੂੰ ਕਰਦੇ ਆ ਛਾਂ ਦੇ ਵਿੱਚ। ਜਦੋਂ ਮੈਂ ਇੱਧਰ ਦੇਖਦਾ ਮੇਰੀ ਸਿੱਧੀ ਨਿਗਾਹ ਰੌਕਸੀ ਵੱਲ ਜਾਂਦੀ ਆ, ਮੈਨੂੰ ਇਹ ਹੁੰਦਾ ਵੀ ਕਿਤੇ ਰੌਕਸੀ ਨੇ ਕੋਈ ਮੁਰਗਾ ਕੋਈ ਟਰਕੀ ਤਾਂ ਨਹੀਂ ਫੜ ਲਿਆ, ਪਰ ਵਿਚਾਰੀ ਹਰ ਵਕਤ ਨਾ ਐਵੇਂ ਬੈਠੀ ਰਹਿੰਦੀ ਆ। ਇਹਨੂੰ ਮੈਂ ਬਿਠਾ ਕੇ ਗਿਆ ਸੀ ਇੱਥੇ, ਇੱਥੋਂ ਬਾਈ ਆਪ ਕੇ ਸੜਕੇ 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 ਇੱਥੇ ਪਹੁੰਚ ਗਈ। ਇਹ ਇੱਥੇ ਬੈਠਣਾ ਨਾ ਜ਼ਿਆਦਾ ਪਸੰਦ ਕਰਦੀ ਆ। ਤੇ ਆ ਚੱਕੋ ਬਾਈ ਕੁਰਸੀ ਵੀ ਚੱਕ ਲਈ। ਸਵਾਗਤ ਬਾਈ ਤੁਹਾਡਾ ਨਵੇਂ ਨਵੇਂ ਬਲੌਗ ਦੇ ਵਿੱਚ। ਤੇ ਮੇਰੀ ਨਿਗਾਹ ਪਤਾ ਕਿੱਥੇ ਗਈ? ਉਹ ਦੇਖੋ ਟਰਕੀ ਦੇ ਪੈਰ ਦੇ ਵਿੱਚ ਧਾਗਾ ਫਸਿਆ ਹੋਇਆ, ਇਹਨੂੰ ਆਪਾਂ ਕੱਢਦੇ ਹਾਂ ਤੇ ਹੁਣ ਇਹ ਕੁਰਸੀ ਨੂੰ ਆਪਾਂ ਰੱਖ ਦਿੰਦੇ ਹਾਂ ਇੱਥੇ, ਕਿਉਂਕਿ ਬਾਈ ਛਾਂ ਧੁੱਪ ਦੇ ਵਿੱਚ ਨਾ ਇਹ ਯਾਰ ਟੁੱਟ ਜਾਂਦੀ ਆ ਬਹੁਤ ਜਲਦੀ। ਇੱਥੋਂ ਆ ਦੇਖੋ ਟੁੱਟ ਗਈ। ਘਰਦਿਆਂ ਨੇ ਮੈਨੂੰ ਕਿਹਾ ਹੋਇਆ, ਕਹਿੰਦੇ ਵੀ ਤੇਰੀ ਲਾਸਟ ਕੁਰਸੀ ਆ, ਇਸ ਤੋਂ ਬਾਅਦ ਤੈਨੂੰ ਅਸੀਂ ਕੋਈ ਵੀ ਕੁਰਸੀ ਨਹੀਂ ਦੇਣੀ, ਕਿਉਂਕਿ ਤੂੰ ਪਹਿਲਾਂ 2-3 ਕੁਰਸੀਆਂ ਤੋੜ ਚੁੱਕਿਆ। ਅੱਜ ਬਾਈ ਮੈਂ ਤੁਹਾਡੇ ਸਭ ਦੀ ਨਾ ਮਨੋਕਾਮਨਾ ਯਾਰ ਪੂਰੀ ਕਰ ਦੇਣੀ ਆ। ਤੇ ਜਦੋਂ ਮੈਂ ਸੋਚਿਆ, ਮੈਂ ਕਿਹਾ ਵੀ ਮੇਰੇ ਸਬਸਕ੍ਰਾਈਬਰ ਮੈਨੂੰ ਇਹ ਗੱਲ ਕਹਿੰਦੇ ਆ ਵੀ ਠੀਕ ਕਹਿੰਦੇ ਆ ਵੀ ਇਹ ਮੈਨੂੰ ਕਰਨਾ ਚਾਹੀਦਾ, ਫਿਰ ਬਾਅਦ ਵਿੱਚ ਕੀਤਾ ਤਾਂ ਕੀ ਕੀਤਾ, ਤੇ ਇਸ ਕਰਕੇ ਮੈਂ ਤੁਹਾਡੀ ਇਹ ਮਨੋਕਾਮਨਾ ਪੂਰੀ ਕਰੂੰਗਾ ਤੇ ਤੁਸੀਂ ਬਸ ਨਾਲ ਦੀ ਨਾਲ ਦੇਖੀ ਜਾਓ। ਤੇ ਮੈਂ ਹੁਣ ਕਿੱਥੇ ਆਓ ਬਾਈ, ਤੇਰੀ ਦੋਸਤ ਦੇ ਤੇਰੀ ਦੇ ਪੈਰ ਦੇ ਵਿੱਚ ਧਾਗਾ ਫਸਿਆ ਹੋਇਆ, ਤੂੰ ਕੱਢ ਦੇਣਾ ਸੀ ਹੈਂ, ਐਵੇਂ ਫੰਗ ਜੇ ਫਲਾ ਕੇ ਇੱਥੇ ਫਿਰੀ ਜਾਂਦਾ ਬਾਈ। ਇਹ ਡਰਦਾ ਨਹੀਂ ਹੈਗਾ ਜ਼ਿਆਦਾ ਯਾਰ, ਜੇ ਆਪਾਂ ਦੇਖੋ ਇਹਨੂੰ ਮੁਰਗੇ ਨੂੰ ਹੱਥ ਲਾਉਣੇ ਡਰਦਾ, ਇਹ ਇੰਨਾ ਨਹੀਂ ਡਰਦਾ। ਲੈ ਲੈ ਜਿਵੇਂ ਮਰਜ਼ੀ ਇਹਨੂੰ ਹੱਥ ਉੱਤੋਂ ਲਾਈ ਚੱਲੋ। ਕਿੱਥੇ ਡਰਕੀ? ਆ ਗਈ ਬਸ ਬਾਈ, ਉਹ ਬਸ ਬਸ ਚੁੱਪ ਹੋ ਜਾ, ਤੇਰਾ ਹੀ ਫਾਇਦਾ ਕਰਦਾ। ਮੈਨੂੰ ਲੱਗਦਾ ਨੇ ਪਾਣੀ ਪੂਣੀ ਪੀਤਾ ਹੋਊਗਾ, ਮੈਂ ਫੜਿਆ ਪਾਣੀ ਇਹਦੇ ਮੂੰਹ ਦੇ ਵਿੱਚੋਂ ਨਿਕਲ ਗਿਆ ਯਾਰ। ਤੇ ਇਹਨੂੰ ਆਹ ਚੱਕੋ, ਛੱਡਤਾ ਤੇ ਇਹਦਾ ਧਾਗਾ ਵੀ ਬਾਈ ਪੈਰ ਦੇ ਵਿੱਚੋਂ ਕੱਢਤਾ। ਆਹ ਦੇਖੋ ਇਹਨੂੰ ਯਾਰ ਚੱਕ ਕੇ ਮੈਂ ਨਾ ਜੇਬ ਦੇ ਵਿੱਚ ਪਾ ਲੈਣਾ, ਫਿਰ ਵੀ ਹਵਾ ਆਊਗੀ ਥੱਲੇ ਗਿਰੂਗਾ। ਤੇ ਹੋਰ ਆਪਣੇ ਲੈਲਾ ਦੇ ਮਜਨੂ ਦੇ ਇਹ ਵੱਡੇ ਬਾਈ ਟਰਕੀ ਦੇ ਪੈਰ ਦੇ ਵਿੱਚ ਫਸ ਸਕਦਾ, ਇਹ ਤਾਂ ਜੇ ਫਸ ਜਾਵੇ ਨਾ ਪੈਰ ਦੇ ਵਿੱਚ ਚੰਗੀ ਤਰ੍ਹਾਂ ਬਾਈ ਪੈਰ ਵੀ ਵੱਢ ਦਿੰਦਾ। ਆ ਜਾਓ ਹੁਣ ਆਪਾਂ ਕੀ ਕਰਨਾ, ਚਲੋ ਬਾਈ ਇੱਧਰ ਸਿੱਧਾ ਕਿੱਧਰ ਇੱਧਰ। ਤੇ ਆਹ ਲਓ ਬਾਈ ਗੇਟ ਖੋਲਤਾ, ਇੱਕ ਮਿੰਟ ਬਈ ਤੁਹਾਨੂੰ ਮੈਂ ਸਭ ਨੂੰ ਕੱਢਦਾ ਬਾਹਰ। ਤੇ ਪਹਿਲਾਂ ਤਾਂ ਆਪਾਂ ਯਾਰ ਉੱਥੋਂ ਨਾ ਦਾਣਾ ਚੱਕਦੇ ਹਾਂ ਇੱਥੋਂ ਉੱਧਰਲੇ ਪਰਿੰਦਿਆਂ ਦਾ, ਫਿਰ ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਇਹ ਗੇਟ ਖੋਲ ਦਾਂਗੇ ਆਪਣੇ। ਓਏ ਮੋਏ ਹੋਏ 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 ਯਾਰ, ਇਹ ਉਹੀ ਮੁਰਗਾ ਜੋ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ ਮੁਰਗੀਆਂ ਨੂੰ ਤੰਗ ਬਹੁਤ ਕਰਦਾ, ਦੇਖਿਆ ਕਿੰਨੀ ਤੇਜ਼ ਆ, ਬਹੁਤ ਚੁਸਤ ਮੁਰਗਾ ਯਾਰ ਇਹ। ਆਹ ਲਓ ਬਾਈ ਗੇਟ ਹੁਣ ਮੈਂ ਚੰਗੀ ਤਰ੍ਹਾਂ ਬੰਦ ਕਰਤਾ, ਇੱਥੋਂ ਮੈਂ ਦਾਣਾ ਚੱਕਣ ਆਇਆ। ਤੇ ਖਰਗੋਸ਼ ਬਾਈ ਆਪਣਾ, ਹਾਂ ਸੱਚ ਇਹ ਵੀ ਯਾਰ ਮੇਰੇ ਯਾਦ ਆ ਗਿਆ, ਇਹਨੂੰ ਮੈਂ ਦੇਖਿਆ ਆਪਣੀ ਬਾਈ ਕਾਲੇ ਰੰਗ ਦੀ ਯਾਰ ਸੀਲ ਮੁਰਗੀ, ਇਹ ਵੀ ਕੁੜਕ ਹੋ ਚੁੱਕੀ ਆ। ਇਹਦੇ ਥੱਲੇ ਤਕਰੀਬਨ ਪਤਾ ਨਹੀਂ 8 ਅੰਡੇ ਆ, ਪਤਾ ਨਹੀਂ ਯਾਰ 9 ਅੰਡੇ ਆ, ਹਾਂ ਮੈਨੂੰ ਲੱਗਦਾ ਇੰਨੇ ਕੇ ਅੰਡੇ ਆ। ਤੇ ਮੈਨੂੰ ਉਮੀਦ ਆ ਵੀ ਯਾਰ ਬੱਚੇ ਜ਼ਰੂਰ ਬਾਹਰ ਕੱਢੂਗੀ। ਹੁਣ ਤੁਸੀਂ ਮੈਨੂੰ ਇਹ ਨਾ ਬਾਈ ਕਮੈਂਟ ਕਰਿਓ ਵੀ ਬਾਈ ਗਰਮੀ ਬਹੁਤ ਜ਼ਿਆਦਾ ਸੀ, ਤੈਨੂੰ ਇਹ ਮੁਰਗੀ ਇਹਨਾਂ ਅੰਡਿਆਂ ਦੇ ਉੱਪਰ ਨਹੀਂ ਬਿਠਾਉਣੀ ਚਾਹੀਦੀ, ਮੈਂ ਤੁਹਾਨੂੰ ਦੱਸਾਂ ਯਾਰ। ਤੇ ਜੋ ਬਾਈ ਇਹ ਕਮਰੇ ਦਾ ਟੈਂਪਰੇਚਰ ਠੀਕ ਆ ਯਾਰ, ਇਸ ਕਰਕੇ ਮੈਂ ਇਹ ਮੁਰਗੀ ਨੂੰ ਅੰਡਿਆਂ ਦੇ ਉੱਪਰ ਬਿਠਾਇਆ। ਬਾਕੀ ਤੁਸੀਂ ਆਹ ਦੇਖੋ ਬਾਈ ਮੁਰਗੀ ਦੀ ਨੇੜੇ ਤੋਂ ਕੰਡੀਸ਼ਨ ਵੀ ਦੇਖ ਸਕਦੇ ਹੋ, ਇਹਨੂੰ ਗਰਮੀ ਮਹਿਸੂਸ ਨਹੀਂ ਹੋ ਰਹੀ। ਯਾਰ ਜੇ ਇਹਨੂੰ ਗਰਮੀ ਮਹਿਸੂਸ ਹੁੰਦੀ ਥੋੜੀ ਬਹੁਤੀ ਫਿਰ ਯਾਰ ਮੇਰੇ ਦਿਮਾਗ ਦੇ ਵਿੱਚ ਫਰਕ ਥੋੜੀ ਹੋਣਾ ਸੀ ਵੀ ਇਹਨੂੰ ਮੈਂ ਵਿਚਾਰੀ ਨੂੰ ਐਵੇਂ ਗਰਮੀ ਦੇ ਵਿੱਚ ਬਿਠਾਉਂਦਾ। ਆਹ ਦੇਖੋ ਆਰਾਮ ਨਾਲ ਖੁਸ਼ੀ ਖੁਸ਼ੀ ਬੈਠੀ ਆ, ਤੇ ਇਹ ਜਾਲੀ ਨੂੰ ਕਰਦੇ ਆ ਪਰੇ। ਤੇ ਆਹ ਡੱਬੇ ਦੇ ਵਿੱਚ ਅੱਜ ਮੈਂ ਦਾਣਾ ਲੈ ਕੇ ਆਇਆ, ਕਿਉਂਕਿ ਜਦੋਂ ਮੈਂ ਦਾਣੇ ਵਾਲਾ ਲਫਾਫਾ ਬਾਹਰ ਲੈ ਕੇ ਜਾਂਦਾ ਸੀ, ਸੀਲ ਮੁਰਗਾ ਮਾਰਦਾ ਸੀ ਛਾਲ ਇੱਥੇ ਗੇਟ ਕੋਲ, ਤੇ ਲਫਾਫੇ ਨੂੰ ਬਾਈ ਪਾੜ ਦਿੰਦਾ ਸੀ, ਸਾਰਾ ਦਾਣਾ ਇੱਥੇ ਖੜਾ ਦਿੰਦਾ ਸੀ। ਇਸ ਕਰਕੇ ਮੈਂ ਕਿਹਾ ਹੁਣ ਮਾਰ ਕੇ ਦਿਖਾਵੇ ਇਹਦੇ ਦੇ ਚੁੰਝ, ਤੈਨੂੰ ਪਾੜ ਕੇ ਦਿਖਾਵੇ। ਆਜੋ ਸੀਲ ਮੁਰਗੇ ਦੇ ਅੱਗੇ ਕਰਦੇ ਆ, ਫਿਰ ਦਾਣਾ ਪਾਵਾਂਗੇ। ਆ ਏ 1, 2, 3 ਖੁੱਲ ਗਿਆ ਗੇਟ। ਓਏ ਚਲੋ ਉਧਰ, ਓਏ ਹੋਏ ਓਏ ਯਾਰ ਮੈਨੂੰ ਗੇਟ ਵੀ ਇੱਧਰ ਬੰਦ ਕਰਨਾ ਪੈਣਾ ਸੀ। ਓਏ ਛੱਡੋ ਯਾਰ ਇੱਕ ਮਿੰਟ।
ਇਹ ਆ ਲੋ ਬਾਈ, ਗੇਟ ਤਾਂ ਆਪਾਂ ਕਰਤਾ ਬੰਦ। ਆਹ ਦੇਖਿਓ ਸੀਲ ਮੁਰਗੇ ਨੇ ਹੁਣ ਛਾਲ ਕਿਵੇਂ ਮਾਰਨੀ ਆ। ਆਹ ਦੇਖਿਓ ਇਹਨੂੰ ਭੁਲੇਖਾ ਪੈ ਜਾਣਾ ਵੀ ਕਿਤੇ ਮੇਰੇ ਹੱਥ ਦੇ ਵਿੱਚ ਲਿਫਾਫਾ ਹੀ ਆ। ਆਹ ਦੇਖਿਓ ਇਹ, ਆਹ ਦੇਖੋ, ਆਹ ਦੇਖੋ। ਲੈ ਹੁਣ ਕਰ ਬਾਈ, ਪਾੜ ਕੇ ਦਿਖਾ ਇਹਨੂੰ। ਆਹ ਲੈ, ਤੇਰੇ ਕਰਕੇ ਨਾ ਮੈਂ ਡੱਬਾ ਲੈ ਕੇ ਆਂਦਾ ਪੱਕਾ ਬਾਈ, ਪੱਕਾ ਕੰਮ ਕਰਕੇ ਲੈ ਕੇ ਆਂਦਾ, ਪੱਕਾ ਕੰਮ। ਜਿੰਨੀਆਂ ਮਰਜ਼ੀ ਚੁੰਝਾ ਮਾਰ ਲਾ, ਲੈ ਮਾਰੀ ਜਾਓ, ਲੈ ਲੈ ਲੈ। ਹਾਂ ਅੱਗੇ ਐਵੇਂ ਮਾਰਦਾ ਸੀ ਜਦੇ ਲਫਾਫਾ ਪਾੜ ਜਾਂਦਾ ਸੀ ਯਾਰ। ਤੇ ਇਹਨੂੰ ਆਪਾਂ ਰੱਖਦੇ ਹਾਂ ਇੱਥੇ। ਨਾਲੇ ਇਹਦੇ ਨਾਲ ਕੁਛ ਇਹ ਆ ਯਾਰ, ਦਾਣਾ ਪਾਉਣਾ ਮੈਨੂੰ ਵੀ ਸੌਖਾ। ਇਹਨੂੰ ਐਵੇਂ ਫੜੋ ਤੇ ਆ ਲਓ ਬਾਈ, ਇਹ ਆ ਚੁੱਕੋ। ਬਹੁਤ ਆ ਯਾਰ, ਯਾਰ ਜਦੋਂ ਇਹਨਾਂ ਨੂੰ ਮੈਂ ਸਾਰਿਆਂ ਨੂੰ ਦਾਣਾ ਪਾਉਣਾ, ਸਾਰੇ ਪਰਿੰਦੇ ਹੈ ਨਾ ਆਰਾਮ ਨਾਲ ਆਪਦਾ ਆਪਦਾ ਦਾਣਾ ਖਾਂਦੇ ਆ ਯਾਰ। ਇਹ ਟਰਕੀ ਨੂੰ ਪਤਾ ਨਹੀਂ ਇੰਨੀ ਬੁਰੀ ਆਦਤ ਕਿਉਂ ਆ, ਇਹਨੇ ਨਾਲ ਦੀ ਨਾਲ ਆਪਦਾ ਦਾਣਾ ਖਾਈ ਜਾਣਾ ਨਾਲ ਦੀ ਨਾਲ। ਜਾਂ ਤਾਂ ਇਹ ਮੁਰਗੇ 'ਤੇ ਅਟੈਕ ਕਰਤਾ, ਇਹ ਮੁਰਗੇ 'ਤੇ ਅਟੈਕ ਕਰਤਾ, ਐਵੇਂ ਵੀ ਕਰੀ ਜਾਂਦਾ ਵੀ ਜਦੋਂ ਬਾਕੀ ਸਾਰੇ ਦਾਣਾ ਖਾਂਦੇ ਆ ਤੂੰ ਵੀ ਦਾਣਾ ਖਾ ਲਾ। ਤੈਨੂੰ ਕੀ ਹੁੰਦਾ ਬਾਈ, ਹੈ ਓਏ ਇੱਧਰ ਨੂੰ ਮੂੰਹ ਕਰ, ਓਏ ਮੇਰੀ ਗੱਲ ਸੁਣ ਟਰਕੀ, ਉਹ ਮੂੰਹ ਤਾਂ ਚੱਕ ਲਾ। ਦੇਖੋ ਯਾਰ, ਲੈ ਮੂੰਹ ਵੀ ਨਹੀਂ ਚੱਕਦਾ ਉੱਪਰ ਨੂੰ, ਦੇਖੋ ਇਹਦਾ ਕਿੰਨਾ ਧਿਆਨ ਦਾਣੇ ਦੇ ਵਿੱਚ ਹੋ ਗਿਆ। ਖਾਣ ਦਿੰਦੇ ਆ ਦਾਣਾ, ਕਿਉਂ ਇਹਨੂੰ ਵਿਚਾਰੇ ਨੂੰ ਐਵੇਂ ਦੁਖੀ ਕਰਨਾ। ਤੇ ਇਹਨੂੰ ਆਪਾਂ ਰੱਖਦੇ ਹਾਂ ਹੁਣ ਬਾਈ ਇੱਥੇ। ਹੁਣ ਕੋਈ ਵੀ ਖਤਰਾ ਨਹੀਂ ਹੈਗਾ ਕਿਉਂਕਿ ਸਾਰੇ ਪਰਿੰਦੇ ਤਾਂ ਆਪਣੇ ਉੱਧਰ ਚਲੇ ਗਏ। ਯਾਰ ਗੱਬਰ, ਗੱਬਰ ਦਾ ਯਾਰ 2 ਦਿਨ ਹੋ ਚੁੱਕੇ ਆ, ਤਾਰਾਮੀਰਾ ਵਿਚਾਰੇ ਦਾ ਨਾ ਖਤਮ ਹੋ ਗਿਆ। ਤੇ ਮੈਨੂੰ ਇਹ ਲੱਗਦਾ ਹੁੰਦਾ ਜਦੋਂ ਇਹਦਾ ਤਾਰਾਮੀਰਾ ਖਤਮ ਹੋ ਗਿਆ ਵੀ ਇਹਦਾ ਜੋ ਪੇਟ ਨਾ ਥੋੜ੍ਹਾ ਥੋੜ੍ਹਾ ਬਾਹਰ ਨੂੰ ਨਿਕਲਣ ਲੱਗ ਗਿਆ। ਕੱਲ੍ਹ ਜ਼ਰੂਰ ਯਾਦ ਨਾਲ ਇਹਦਾ ਬਾਈ ਆਪਾਂ ਤਾਰਾਮੀਰਾ ਲੈ ਕੇ ਆਵਾਂਗੇ। ਤੇ ਗੱਬਰ ਨੂੰ ਬਾਈ ਪਾਉਣਾ ਆਪਾਂ ਫਿਰ ਤੋਂ ਸ਼ੁਰੂ ਕਰਦੇ ਹਾਂ। 5-6 ਕਿਲੋ ਇਕੱਠੇ ਹੀ ਲੈ ਆਉਣਾ। ਜਦੋਂ ਮੈਂ ਇਸ ਵਾਰ ਲੈ ਕੇ ਆਉਂਦਾ ਸੀ ਨਾ ਸਿਰਫ 2 ਕਿਲੋ ਲੈ ਕੇ ਆਉਂਦਾ ਸੀ। ਇਹ ਪੂਲ ਦੇ ਵਿੱਚ ਆਪਾਂ ਵਾਈਟ ਸੀਮੈਂਟ ਲਾਇਆ ਸੀ, ਮੈਨੂੰ ਲੱਗਦਾ ਵੀ ਕਾਮਯਾਬ ਹੋ ਗਿਆ। ਜ਼ਿਆਦਾ ਨਹੀਂ ਹੋਇਆ, 100 ਦੇ ਵਿੱਚੋਂ ਤਕਰੀਬਨ 30% ਕਾਮਯਾਬ ਹੋਇਆ। ਚਲੋ ਇੰਨਾ ਕੁ ਹੋ ਗਿਆ, ਬਹੁਤ ਆ ਯਾਰ। ਤੇ ਗੇਟ ਕਰਦੇ ਹਾਂ ਬੰਦ। ਇਹ ਆ ਇੱਟ ਕਰਤੀ ਪਰੇ, ਇੱਧਰੋਂ ਬਾਈ ਆਹ ਕਰਤੀ ਪਰੇ, ਤੇ ਆਹ ਲਓ ਬਾਈ ਗੇਟ ਕਰਤਾ ਬੰਦ। ਰੌਕਸੀ, ਤੈਨੂੰ ਬਾਈ ਤੇਰੀ ਰੋਟੀ ਪਾਊਂਗਾ ਸ਼ਾਮ ਨੂੰ, ਠੀਕ ਆ, ਕਿਉਂਕਿ ਤੂੰ 2 ਟਾਈਮ ਰੋਟੀ ਖਾਂਦੀ ਆ। ਓਏ ਨਹੀਂ 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 ਇੱਧਰ ਨਹੀਂ ਆਉਣਾ, ਦੇਖੋ ਇਕੱਲਾ ਹੀ ਫਿਰਦਾ, ਇਕੱਲਾ ਹੀ, ਬਹੁਤ ਚੁਸਤ ਆ ਯਾਰ। ਤੇ ਆਹ ਲਓ ਗੇਟ ਬੰਦ, ਇਹ ਆਹ ਚੱਕੋ ਯਾਰ, ਜਿੰਦੇ ਨੂੰ ਇੱਥੋਂ ਕੱਢੋ, ਤੇ ਆਹ ਲਓ ਬਾਈ ਇਹ ਜਿੰਦੇ ਦੇ ਕੋਲ ਰੱਖ ਦਿਓ ਦੋਨੋਂ ਨੂੰ, ਤੇ ਆਹ ਚੱਕੋ ਬਾਈ, ਆ ਜਾਓ ਸਾਰੇ ਆ ਜਾਓ, ਸਭ ਨੂੰ ਬਾਈ ਆਜ਼ਾਦੀ ਮੁਬਾਰਕ ਹੋਵੇ। ਖੁੱਲਾ ਦੇਖੋ ਟਰਕੀਆਂ ਦੇ ਚੂਚੇ ਯਾਰ, ਬੜਾ ਹੈ ਨਾ ਆਹ। ਓਏ ਹੋਏ 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 ਹੋਏ, ਇਸ ਕਰਕੇ ਤਾਂ ਯਾਰ ਮੈਂ ਗੇਟ ਖੋਲਦਾ ਹੁੰਦਾ ਵੀ ਆਪਣੇ ਖਰਗੋਸ਼ ਵੀ ਆ ਜਾਂਦੇ ਆ, ਟਰਕੀ ਵੀ ਆ ਜਾਂਦੇ ਆ, ਕਬੂਤਰ ਵੀ ਆ ਜਾਂਦੇ ਆ। ਤੇ ਮੈਨੂੰ ਯਾਰ ਜਦੋਂ ਬਾਹਰ ਆਉਂਦੇ ਆ ਨਾ ਸਾਰੇ ਪਰਿੰਦੇ ਦੇਖਣੇ ਬਾਈ ਬੜੇ ਪਿਆਰੇ ਲੱਗਦੇ ਆ, ਇਸ ਕਰਕੇ ਮੈਂ ਤੁਹਾਨੂੰ ਵੀ ਹਰ ਬਲੌਗ ਦੇ ਵਿੱਚ ਦਿਖਾਉਣਾ। ਆਹ ਦੇਖੋ ਜ਼ਰੂਰੀ ਸਮਝਦਾ, ਇਹ ਆਹ ਚੱਕੋ ਬੈਠ ਗਿਆ। ਹਜੇ ਤਾਂ ਆਪਣੇ 2, 3, 5 ਇਹ 6ਵੀਂ ਕਬੂਤਰੀ ਆ ਗਈ, 7ਵਾਂ ਹੋਰ ਵੀ ਹਲੇ ਤਾਂ ਹੈਗੇ ਆ 3-4, ਉਹ ਵੀ ਆਉਣਗੇ। ਆ ਜਾਓ ਬਾਈ, ਆ ਜਾਓ ਆ ਜਾਓ ਆ ਜਾਓ। ਹਾਂ ਇਹਨਾਂ ਨੂੰ ਯਾਰ ਥੋੜ੍ਹਾ ਜਿਹਾ ਇੱਥੇ ਜਿਵੇਂ ਆਪਾਂ ਹਰ ਰੋਜ਼ ਹਰਾ ਪਾਉਂਦੇ ਹਾਂ ਨਾ, ਤੇ ਆ ਲਓ ਖਾ ਲਓ ਬਾਈ। ਗੱਬਰ, ਓਏ ਉਰਿਆ ਗੱਬਰ ਨੇ ਉੱਥੋਂ ਹਰਾ ਖਾਣਾ, ਸਿੱਧਾ ਨਾ ਅੰਦਰ ਨੂੰ ਆ ਜਾਂਦਾ। ਇਹਨੂੰ ਪਤਾ ਵੀ ਪਾਣੀ ਅੰਦਰੇ ਪਿਆ ਹੁੰਦਾ, ਤੇ ਬਾਲਟੀ ਪਾਣੀ ਵਾਲੀ ਯਾਰ ਮੈਂ ਚੱਕ ਲਈ, ਤੇ ਆਹ ਲਓ ਬਾਈ ਇੱਥੇ ਰੱਖਤੀ। ਉਹ ਗੱਬਰ, ਤੇਰਾ ਪਾਣੀ ਮੈਂ ਬਾਹਰ ਰੱਖਤਾ, ਤੂੰ ਤਾਂ ਆਏ ਹੀ ਬਹੁਤ ਅੰਦਰ ਜਲਦੀ ਆ, ਉਹ ਖਰਗੋਸ਼ ਤੇ ਪੈਰ ਨਾ ਰੱਖ ਦੀ ਯਾਰ। ਬਾਰ ਬਾਰ ਚੱਲ 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 ਚੱਲ, ਜਾ ਜਾ ਚੱਲ ਚੱਲ। ਉਹ ਦੇਖ ਪਾਣੀ ਬਾਹਰ ਪਿਆ ਗੱਬਰ, ਚੱਲ ਚੱਲ। ਓਏ ਹੋਏ ਇਹ ਪੀਣਾ, ਲੈ ਇਹ ਪੀ ਲਾ ਫਿਰ, ਇਹ ਆ ਲੈ ਆ ਜਾ। ਓਏ ਆ ਹੁਣ ਥੱਲੇ ਦੇਖ, ਹੁਣ ਉੱਧਰ ਨੂੰ ਦੇਖੀ ਜਾਂਦਾ, ਤੇਰਾ ਧਿਆਨ ਕਿੱਥੇ ਆ, ਇੱਧਰ ਨੂੰ ਦੇਖ। ਇਹ ਆ ਲੈ ਪੀ ਲਾ ਹੁਣ, ਹੁਣ ਦੇਖਿਓ ਪੀਊਗਾ ਪਾਣੀ ਵੀ। ਇਹਦਾ ਮੈਂ ਗਲ ਵਾਲਾ ਰੱਸਾ ਫੜਿਆ, ਇਹਦਾ ਮੂੰਹ ਪਾਣੀ ਵੱਲ ਨੂੰ ਕਰਿਆ, ਤਾਂ ਕਿਤੇ ਜਾ ਕੇ ਇਹ ਆ ਦੇਖੋ ਹੁਣ ਪਾਣੀ ਪੀਣ ਲੱਗਿਆ। ਤੇ ਆ ਗਿਆ ਬਾਈ ਮੈਂ ਪਿੰਜਰੇ ਕੋਲ, ਆਖਿਰਕਾਰ ਉਹ ਕੰਮ ਦਾ ਯਾਰ ਟਾਈਮ ਆ ਚੁੱਕਿਆ ਜੋ ਮੈਂ ਤੁਹਾਨੂੰ ਕਹਿੰਦਾ ਸੀ। ਤੇ ਹੁਣ ਪਹਿਲਾਂ ਤਾਂ ਇਹ ਕਬੂਤਰੀ ਤੇ ਇਹ ਕਬੂਤਰ ਦੋਨੋਂ ਹਨਾ ਇੱਥੇ ਬੰਦ ਕਰਦੇ ਆ। ਇਹ ਆ ਚੱਕੋ ਬਾਈ, ਤੇ ਪੈਨ ਨੂੰ ਰੱਖਤਾ ਇੱਥੇ, ਆ ਲਓ ਆ ਗੇਟ ਖੋਲਦੇ ਹਾਂ। ਤੇ ਆ ਤਾਂ ਫੜ ਲਈ ਮੈਂ ਕਬੂਤਰੀ, ਓਏ ਇੱਕ ਮਿੰਟ ਬਾਈ, ਤੇ ਆ ਛੱਡਤੀ
ਗੇਟ ਬੰਦ ਤੇ ਆਹ ਫੜ ਲਿਆ ਬਾਈ ਮੈਂ ਕਬੂਤਰ, ਠੀਕ ਆ, ਤੇ ਆਹ ਚੱਕੋ ਗੇਟ ਖੋਲਿਆ ਤੇ ਇਹਨੂੰ ਵੀ ਛੱਡਤਾ। ਇਹ ਖਾਨੇ ਦੇ ਵਿੱਚ ਹੋ ਗਏ 4 ਕਬੂਤਰ ਤੇ ਆਹ ਲਓ ਬਾਈ ਗੇਟ ਕਰਤਾ ਬੰਦ। ਤੇ ਹੁਣ ਮੈਂ ਇਹ ਪਿੰਜਰਾ ਚੱਕ ਲਿਆ, ਆਹ ਆ ਗਈ ਕਬੂਤਰ। ਪਿੰਜਰੇ ਨੂੰ ਲੈ ਕੇ ਯਾਰ ਮੈਂ ਛੱਤ ਦੇ ਉੱਪਰ ਪਹੁੰਚ ਚੁੱਕਿਆ ਤੇ ਹੁਣ ਮੈਂ ਇਹ ਗੇਟ ਖੋਲਦਾ, ਤੁਹਾਨੂੰ ਮੈਂ ਦੱਸ ਦਿੰਦਾ। ਤੇ ਜੋ ਵੀ ਉਰੇ ਆਪਣੇ ਬਾਈ ਫੈਂਸੀ ਕਬੂਤਰ ਨੇ, ਜਿਵੇਂ ਲੱਕੇ ਕਬੂਤਰ ਇਹ ਹੋ ਗਏ, ਸੈਂਟੀਨੇਟ ਹੋ ਗਏ ਨਾ, ਇਹਨਾਂ ਨੂੰ ਸਾਰਿਆਂ ਨੂੰ ਮੈਂ ਫੜਦਾ, ਇਹ ਪਿੰਜਰੇ ਦੇ ਵਿੱਚ ਬੰਦ ਕਰਦਾ। ਤੇ ਹੁਣ ਤਾਂ ਤਕਰੀਬਨ ਯਾਰ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਰਨਾ ਚਾਹੁੰਦਾ, ਤੇ ਮੈਂ ਤੁਹਾਨੂੰ ਇੱਕ ਦੱਸ ਵੀ ਦਿੰਦਾ। ਇਹ ਆਪਣੇ ਸਾਰੇ ਫੈਂਸੀ ਕਬੂਤਰ, ਤੁਸੀਂ ਕਮੈਂਟ ਕਰਦੇ ਹੋ ਨਾ ਵੀ ਬਾਈ ਇੱਥੇ ਸਿਰਫ ਇਕੱਲੇ ਉਡਾਰੀ ਵਾਲੇ ਕਬੂਤਰ ਰੱਖ, ਫੈਂਸੀ ਕਬੂਤਰਾਂ ਨੂੰ ਸਾਰਿਆਂ ਨੂੰ ਥੱਲੇ ਲੈ ਜਾ। ਤੇ ਮੈਂ ਤੁਹਾਡੀ ਗੱਲ ਮੰਨੀ ਬਾਈ, ਇਹ ਵੀ ਮੈਂ ਹੁਣ ਕਰਨ ਲੱਗਿਆ ਜੋ ਤੁਸੀਂ ਕਿਹਾ, ਠੀਕ ਆ। 1 2 3 4 5 6 7 ਪਾ ਲੇ, ਹੋਰ ਕਿੰਨੇ ਕਰਿਆਗੇ ਬਾਈ, ਹੈਗੇ ਆ 3 4, ਹਾਂ ਇਹਨੂੰ ਵੀ ਪਾ ਲਾ। ਇਹ ਆ ਚੱਕੋ ਬਾਈ 8ਵਾਂ ਵੀ ਪਿੰਜਰੇ ਦੇ ਵਿੱਚ ਪਾ ਲਿਆ। ਇਹ ਦੋਨਾਂ ਨੂੰ ਛੱਡ ਦਿੰਦੇ ਆ ਕਿਉਂਕਿ ਬਾਈ ਇਹਨਾਂ ਦਾ, ਇਹ ਲੱਕੇ ਕਬੂਤਰਾਂ ਦਾ, ਆਹ ਦੇਖੋ ਯਾਰ ਇੱਕ ਬੱਚਾ, ਫਿਰ ਆਪਾਂ ਨੂੰ ਬਾਈ ਪਾਪ ਲੱਗੂਗਾ ਜੇ ਆਪਾਂ ਇਹ ਬੱਚੇ ਦੇ ਮਾਂ ਬਾਪ ਥੱਲੇ ਲੈ ਗਏ। ਇਹਨੂੰ ਵੀ ਛੱਡ ਦੇ, ਹਾਂ। ਤੇ ਹੁਣ ਆਹ ਵੀ ਕਬੂਤਰ ਫੜ ਲਾ, ਆਹਦੇ, ਹਾਂ ਫੜ ਇਹਨੂੰ, ਫੜ ਲਿਆ, ਹਾਂ। ਤੇ ਆਹ ਲੈ ਛੱਡ ਇਹਨੂੰ, ਇਹ ਹਾਂ ਆਹ ਲੈ ਗੇਟ ਬੰਦ। ਤੇ ਹੁਣ ਆਹ ਵੀ ਫੜ ਲਾ ਦੋਨੋਂ, ਇਹ ਹਾਂ ਇੱਕ ਫੜ ਲਿਆ, ਦੂਜਾ ਵੀ ਫੜ ਲਿਆ। ਤੇ ਇਹਨਾਂ ਨੂੰ ਵੀ ਛੱਡ ਵਿੱਚ, ਇਹ ਆਹ ਚੱਕੋ। ਹੁਣ ਇੱਥੇ ਕਿੰਨੇ ਰਹਿ ਗਏ, ਇੱਕ ਮਿੰਟ, ਇਹਨੂੰ ਵੀ ਫੜ ਲਾ, ਉਹ ਪਰਲੇ ਨੂੰ, ਹਾਂ ਪਰਲੇ ਨੂੰ, ਪਰਲੇ ਨੂੰ, ਪਰਲੇ ਨੂੰ, ਇਹ ਇਹਨੂੰ, ਹਾਂ ਫੜ, ਆਹ ਚੱਕੋ ਬਾਈ, ਇਹਨੂੰ ਵੀ ਛੱਡ ਵਿੱਚ, ਆਹ ਲਓ। ਹੁਣ ਕਿੰਨੇ ਰਹਿ ਗਏ, 1 2 3, ਤੇ ਇਹਨੂੰ ਵੀ ਫੜ, ਹਾਂ ਇਹਨੂੰ ਤਾਂ ਛੱਡ ਦੇ, ਇਹਨੂੰ ਛੱਡ ਦੇ, ਇਹ ਨਹੀਂ, ਇਹ ਕਿਹੜਾ, ਇਹਨੂੰ ਵੀ ਛੱਡ ਦੇ, ਹਾਂ ਇਹਨੂੰ ਵੀ ਛੱਡ ਦੇ, ਹਾਂ ਇਹਨੂੰ ਫੜ, ਇਹ ਬਸ ਕਰ ਦੇ ਗੇਟ ਬੰਦ। ਤੇ ਆਹ ਲਓ ਬਾਈ ਪਿੰਨ ਵੀ ਅੱਗੇ ਲਾਤੀ, ਤੇ ਪਿੰਜਰਾ ਮੈਂ ਥੋੜ੍ਹਾ ਜਿਹਾ ਰੱਖਦਾ ਪਹਿਲਾਂ ਇੱਥੇ ਨੂੰ, ਤੇ ਹੁਣ ਮੈਂ ਤੁਹਾਨੂੰ, ਆ ਯਾਰ ਇੱਕ ਗਰਮੀ ਦੇਖੋ ਲੈ, ਬਹੁਤ ਜ਼ਿਆਦਾ ਗਰਮੀ ਹੈ ਯਾਰ, ਮੈਂ ਤਾਂ ਗਰਮੀ ਗਰਮੀ ਹੋ ਗਿਆ। ਤੇ ਹੁਣ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਵੀ ਖੁੱਡੇ ਦੇ ਵਿੱਚ ਕਿਹੜੇ ਕਿਹੜੇ ਕਬੂਤਰ ਰਹਿ ਗਏ, ਠੀਕ ਆ। ਕਬੂਤਰ ਨਹੀਂ ਹੈਗੇ, ਤਕਰੀਬਨ ਬੱਚੇ ਨੇ, ਇਹ ਵੀ ਬੱਚਾ, ਉਹ ਵੀ ਬੱਚਾ, ਤੇ ਇਹ ਵੀ ਬੱਚਾ, ਉਹ ਵੀ ਬੱਚਾ, ਇਹ ਵੀ ਬੱਚਾ, ਠੀਕ ਆ। ਤੇ ਇਹ ਦੋਨੋਂ ਬਾਈ ਲੱਕੇ ਕਿਉਂਕਿ ਇਹਨਾਂ ਦਾ ਛੋਟਾ ਜਿਹਾ ਬੱਚਾ, ਠੀਕ ਆ। ਤੇ ਹੁਣ ਬਾਈ ਇਹ ਪਿੰਜਰੇ ਨੂੰ ਮੈਂ ਲੈ ਕੇ ਜਾਂਦਾ ਥੱਲੇ, ਤੇ ਫਿਰ ਉਸ ਤੋਂ ਬਾਅਦ ਵਿੱਚ ਜਾ ਕੇ ਕੈਮਰਾ ਔਨ ਕਰਦਾ ਕਿਉਂਕਿ ਪਿੰਜਰੇ ਦਾ ਵਜਨ ਬਾਈ ਕਾਫੀ ਹੋ ਚੁੱਕਿਆ। ਆਪਣੇ ਲੱਕੇ ਕਬੂਤਰ ਯਾਰ ਕਾਫੀ ਵੱਡੇ ਵੱਡੇ ਆ, ਹਲੇ ਤੁਹਾਨੂੰ ਨਾ ਵੀਡੀਓ ਦੇ ਵਿੱਚ ਦੇਖਣੇ ਛੋਟੇ ਲੱਗਦੇ ਹੋਣੇ, ਐਡੇ ਵੱਡੇ ਵੱਡੇ ਆ ਯਾਰ। ਚਲੋ ਚੱਕੋ, ਚਾਹ ਚੱਕੀ, ਕਿੰਨਾ ਕੁ ਵਜਨ ਆ, ਬਹੁਤ ਆ ਨਾ। ਆ ਲਓ ਬਾਈ ਪਿੰਜਰੇ ਨੂੰ ਯਾਰ ਮੈਂ ਥੱਲੇ ਲੈ ਕੇ ਆ ਗਿਆ, ਤੇ ਇਹਨੂੰ ਆਪਾਂ ਰੱਖਦੇ ਹਾਂ। ਇਹਦੇ ਹੁਣ ਯਾਰ ਪਹਿਲਾਂ ਇਹ ਧਰਤੀ ਦੇ ਪੈਰ ਦੇ ਵਿੱਚ ਧਾਗਾ ਫਸ ਗਿਆ ਸੀ, ਹੁਣ ਇਹਦੇ ਫਸ ਗਿਆ, ਕੱਢੀ ਯਾਰ। ਤੇ ਜੋ ਇਹਦਾ ਗੇਟ, ਆਹ ਚੱਕਤੀ ਪਿੰਨ, ਤੇ ਆਹ ਲਓ, ਤੇ ਇੱਕ ਮਿੰਟ ਪਹਿਲਾਂ ਧਾਗਾ ਕੱਢਤਾ, ਛੱਡ ਦੇ ਇਹਨੂੰ, ਹਾਂ ਜਾ ਬਾਈ ਉੱਧਰ। ਤੇ ਆਹ ਵੀ ਗੇਟ, ਏ 1 2 3, ਆ ਚੱਕੋ ਬਾਈ ਗੇਟ ਮੈਂ ਖੋਲਤਾ। ਹਲੇ ਯਾਰ ਵਿਚਾਰੇ ਥੋੜਾ ਜਿਹਾ ਡਰੇ ਹੋਏ ਆ, ਤਾਂ ਕਰਕੇ ਨਾ ਬਾਹਰ ਨਹੀਂ ਨਿਕਲਦੇ। ਇਹਨਾਂ ਨੂੰ ਕਿਹੜਾ ਅੱਜ ਤੱਕ ਆਪਾਂ ਕਦੇ ਪਿੰਜਰੇ ਦੇ ਵਿੱਚ ਬੰਦ ਕਰਿਆ, ਪਹਿਲੀ ਵਾਰ ਤਾਂ ਪਿੰਜਰੇ ਦੇ ਵਿੱਚ ਬੰਦ ਕਰਿਆ। ਹਲੇ ਤੱਕ ਤਾਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਅਸੀਂ ਇਹਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ। ਤੇ ਆਹ ਦੇਖੋ, ਚਲੋ 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 ਚਲੋ, ਇੱਥੋਂ ਯਾਰ ਇਹਨਾਂ ਨੂੰ ਮੈਂ ਥੋੜਾ ਥੋੜਾ ਡਰਾਉਣਾ, ਗੇਟ ਖੁੱਲ੍ਹਾ, ਆਹ ਚੱਕੋ ਬਾਈ, ਸੈਂਟੀਨੇਟ ਕਬੂਤਰ ਉੱਡ ਕੇ ਜਾ ਕੇ ਬੈਠ ਗਿਆ, ਆਓ ਇਹ ਨਿਕਲੇ ਆ ਬਾਈ ਦੂਜਾ ਕਬੂਤਰ, ਤੇ ਇਹ ਆ ਗਿਆ ਤੀਜਾ, ਚਲੋ 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 ਇਹ ਆ ਗਿਆ ਬਾਈ ਚੌਥਾ, ਤੇ ਆਹ ਲਓ ਜੋ ਆਪਣੇ ਕੋਲ ਵੱਡੇ ਕਬੂਤਰ ਸੀ ਨਾ, ਤਕਰੀਬਨ ਮੈਨੂੰ ਲੱਗਦਾ ਸੀਗੇ ਯਾਰ 2-3 ਕਬੂਤਰ, ਤੇ ਉਹ ਵੀ ਫਿਰ ਮੈਂ ਇਹ ਪਿੰਜਰੇ ਦੇ ਵਿੱਚੇ ਪਾ ਲਿਆ ਆ, ਕਿਉਂਕਿ ਫਿਰ ਉੱਥੇ, ਓਏ ਚਲੋ ਜੀ, ਹਾਂ ਆ ਲਓ ਬਾਈ ਇਹ, ਆ ਲਓ ਆ ਲਓ ਆ ਲਓ, ਚਲੋ ਬਾਈ ਚਲੋ ਚਲੋ ਚਲੋ, ਇਹਨਾਂ ਨੂੰ ਯਾਰ ਮੈਂ ਖੁਦ ਫੜ ਕੇ ਬਾਹਰ ਕੱਢ ਦਿੰਦਾ। ਤੇ ਆਹ ਤਾਂ ਗਿਆ ਲੱਕਿਆਂ ਦਾ ਬੱਚਾ, ਆ ਚੱਕੋ, ਤੇ ਆ ਗਿਆ ਬਾਈ
ਕੁੜਾਰੀ ਵਾਲੇ ਕਬੂਤਰਾਂ ਦਾ ਬੱਚਾ ਤੇ ਆ ਗਿਆ ਲੱਕਿਆਂ ਦਾ ਬੱਚਾ ਆ ਗਿਆ ਤੇ ਆ ਲਓ ਬਈ ਕੁੜਾਰੀ ਵਾਲਾ ਵੱਡਾ ਕਬੂਤਰ ਵੱਡਾ ਤੇ ਆ ਬੈਠ ਗਿਆ ਕਿੱਥੇ ਬਹਿ ਗਿਆ ਤਾਰਾਂ ਦੇ ਉੱਪਰ ਤੇ ਇਹ ਆ ਗਿਆ ਬਾਈ ਲੱਕਿਆਂ ਦਾ ਕਾਲੇ ਰੰਗ ਦਾ ਬੱਚਾ ਇਹਨੂੰ ਬਿਠਾ ਦਿੰਦੇ ਆ ਇੱਥੇ ਤੇ ਆ ਗਿਆ ਇਹ ਲਾਸਟ ਕਬੂਤਰ ਰਹਿ ਗਿਆ ਇਹਦੇ ਵਿੱਚ ਸੈਂਟੀਨੇਡ ਇਹ ਆ ਲਓ ਬਾਈ ਇਹਨੂੰ ਵੀ ਛੱਡ ਲਾ ਇਹ ਆ ਗਿਆ ਅਸੀਂ ਇਹ ਪਿੰਜਰੇ ਨੂੰ ਯਾਰ ਬਾਹਰ ਕੱਢ ਲਿਆ ਤੇ ਇਹ ਵੀ ਪਿੰਜਰਾ ਬਾਈ ਅੰਦਰ ਤੋਂ ਬਾਹਰ ਲਿਆਂਦਾ ਤੇ ਹੁਣ ਇਹਦੇ ਵਿੱਚ ਯਾਰ ਕਬੂਤਰ ਕੱਲਾ ਕੱਲਾ ਫੜਦੇ ਆ ਤੇ ਪਾਉਂਦੇ ਆ ਜੋ ਵੀ ਪਿੰਜਰੇ ਦੇ ਵਿੱਚ ਆਪਾਂ ਜੋੜੇ ਲਾਏ ਹੋਏ ਸੀ ਫੜ ਕੇ ਬਾਈ ਆ ਚੱਕੋ ਪਿੰਜਰੇ ਦੇ ਵਿੱਚ ਬੰਦ ਕਰ ਲੇ ਤੇ ਹੁਣ ਇਹਨੂੰ ਆਪਾਂ ਲੈ ਕੇ ਚੱਲਦੇ ਆ ਪਿੰਜਰੇ ਨੂੰ ਸਮੇਤ ਬਾਈ ਸਾਰੇ ਜੋੜਿਆਂ ਨੂੰ ਛੱਤ ਦੇ ਉੱਪਰ ਯਾਰ ਤੇ ਹੁਣ ਅਸੀਂ ਗੇਟ ਖੋਲਦੇ ਆ ਸਾਰੇ ਕਬੂਤਰਾਂ ਨੂੰ ਅੰਦਰ ਛੱਡਦੇ ਆ ਤੇ ਫਿਰ ਮੈਂ ਤੁਹਾਨੂੰ ਕੱਲਾ ਕੱਲਾ ਕਬੂਤਰਾਂ ਦਾ ਪੂਰਾ ਬਾਈ ਰੀਜਨ ਦਿਖਾਊਂਗਾ ਅੰਦਰ ਛੱਡ ਕੇ ਇਹ ਮੈਂ ਤੁਹਾਨੂੰ ਤਾਂ ਨਹੀਂ ਦਿਖਾ ਰਿਹਾ ਕਿਉਂਕਿ ਯਾਰ ਇੱਕ ਨਾ ਮੈਂ ਛੋਟੀ ਜਿਹੀ ਯਾਰ ਸ਼ਾਰਟ ਵੀਡੀਓ ਬਣਾਉਣ ਲੱਗਿਆ ਹੋਇਆ ਕਬੂਤਰ ਅੰਦਰ ਛੱਡਦਿਆਂ ਦੀ ਇਹ ਵੀ ਮੈਂ ਸ਼ਾਰਟ ਵੀਡੀਓ ਦੇ ਵਿੱਚ ਐਡ ਕਰਨੀ ਆ ਇਹ ਕਲਿੱਪ ਠੀਕ ਆ ਤੇ ਤਾਂ ਕਰਕੇ ਮੈਂ ਕਹਿਣਾ ਅੰਦਰ ਕਰਕੇ ਫਿਰ ਮੈਂ ਤੁਹਾਨੂੰ ਦਿਖਾ ਦੂੰਗਾ ਠੀਕ ਆ ਤੇ ਆਹ ਲਓ ਬਾਈ ਪਿੰਜਰਾ ਕਰਤਾ ਆਪਾਂ ਜਮਾਂ ਖਾਲੀ ਤੇ ਯਾਰ ਤੁਸੀਂ ਮੈਨੂੰ ਇਹੀ ਕਮੈਂਟ ਕਰਦੇ ਸੀ ਵੀ ਬਾਈ ਜੋ ਵੀ ਤੇਰੇ ਉਡਾਰੀ ਵਾਲੇ ਕਬੂਤਰ ਨੇ ਸਭ ਛੱਤ ਦੇ ਉੱਪਰ ਰੱਖ ਆਹ ਦੇਖ ਲਓ ਇਹ ਵੀ ਕਬੂਤਰ ਥੱਲੇ ਤੋਂ ਲੈ ਕੇ ਆਉਂਦਾ ਇਹ ਵੀ ਇਹ ਵੀ ਇਹ ਵੀ ਇਹ ਵੀ ਤੇ ਔਰ ਬਾਈ ਇਹ ਵੀ ਤੇ ਹੋਰ ਉਹ ਵੀ ਤੇ ਇਹ ਵੀ ਤੇ ਔਰ ਬਸ ਤੇ ਹੁਣ ਇਹਨਾਂ ਦੇ ਯਾਰ ਆਪਾਂ ਇੱਥੇ ਖਾਨੇ ਬਣਾ ਦਾਂਗੇ ਵੈਸੇ ਇੱਕ ਟੋਕਰੀ ਇੱਥੇ ਲੱਗ ਸਕਦੀ ਆ ਟੋਕਰੀਆਂ ਵਾਲਾ ਯਾਰ ਸਿਸਟਮ ਮੈਨੂੰ ਯਾਰ ਵਧੀਆ ਨਹੀਂ ਲੱਗਦਾ ਹੁਣ ਜਿਵੇਂ ਉੱਧਰ ਦੇਖੋ ਟੋਕਰੀਆਂ ਲੱਗੀਆਂ ਹੋਈਆਂ ਨੇ ਨਾ ਟੋਕਰੀਆਂ ਦੇ ਵਿੱਚ ਹਲੇ ਤੱਕ ਸਿਰਫ ਇੱਕ ਕਬੂਤਰੀ ਨੇ ਅੰਡੇ ਦਿੱਤੇ ਆ ਉਹ ਵੀ ਮੈਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਦਿਖਾ ਦੂੰਗਾ ਵੀ ਕਿਹੜੀ ਕਬੂਤਰੀ ਨੇ ਅੰਡੇ ਦਿੱਤੇ ਆ ਤੇ ਬਾਕੀ ਇਹਨਾਂ ਕਬੂਤਰੀਆਂ ਥੱਲੇ ਮੈਂ ਇੱਥੇ ਯਾਰ ਘਾਹ ਸਿੱਟਿਆ ਸੀ ਥੱਲੇ ਬਾਈ ਇਕੱਠਾ ਕਰਦੀਆਂ ਨੇ ਤੇ ਆਪਦਾ ਘਰ ਥੱਲੇ ਬਣਾਉਂਦੀਆਂ ਨੇ ਉਹ ਦੇਖੋ ਫਿਰ ਜਿਵੇਂ ਮੈਂ ਇੱਟਾਂ ਰੱਖੀਆਂ ਹੋਈਆਂ ਨਾ ਤੇ ਉਵੇਂ ਇੱਟਾਂ ਬਾਈ ਆਪਾਂ ਇੱਥੇ ਨਾ ਲਾਈਨ ਦੇ ਵਿੱਚ ਚਿਣ ਦਾਂਗੇ ਐਵੇਂ ਕਰਕੇ ਜੋ ਵੀ ਕਬੂਤਰੀ ਨੇ ਜੋ ਵੀ ਖਾਨੇ ਦੇ ਵਿੱਚ ਬਾਈ ਆਂਡਾ ਦੇਣਾ ਹੋਊਗਾ ਆਪਦਾ ਆਰਾਮ ਨਾਲ ਘਰ ਨੂੰ ਪਸੰਦ ਕਰ ਸਕਦੀ ਆ ਤੇ ਆਂਡੇ ਦੇ ਸਕਦੀ ਆ ਇਹ ਸਿਸਟਮ ਯਾਰ ਠੀਕ ਆ ਯਾਰ ਟੋਕਰੀਆਂ ਵਾਲੇ ਇਹ ਤਾਂ ਇੱਕ ਆਪਣੇ ਸ਼ੋਸ਼ੇ ਨੇ ਆਪਦਾ ਘਰ ਆਪ ਖੁਦ ਬਣਾ ਕੇ ਫਿਰ ਜ਼ਿਆਦਾ ਖੁਸ਼ ਹੁੰਦਾ ਤੇ ਬਸ ਮੈਂ ਉਹੀ ਆਪਣੇ ਕਬੂਤਰਾਂ ਨੂੰ ਦੇਖਣਾ ਚਾਹੁੰਦਾ ਠੀਕ ਆ ਬਾਈ ਤੇ ਆ ਲਓ ਛੱਡ ਤੇ ਵੀ ਸਾਰੇ ਹਲੇ ਤਾਂ ਇੱਥੇ ਮੈਂ ਬੈਠਾ ਯਾਰ ਤਾਂ ਡਰੇ ਹੋਏ ਆ ਤਾਂ ਕਰਕੇ ਵਿਚਾਰੇ ਜਾਲੀ ਨੂੰ ਲੱਗੇ ਹੋਏ ਆ ਤੇ ਜਦੋਂ ਇੱਥੋਂ ਮੈਂ ਦੂਰ ਹੋ ਗਿਆ ਇਹਨਾਂ ਨੇ ਹੌਲੀ ਹੌਲੀ ਕਰਕੇ ਬਾਈ ਜਿਵੇਂ ਆਹ ਕਬੂਤਰ ਨੇ ਖੁੱਡੇ ਦੇ ਵਿੱਚ ਪੈਰ ਲਾ ਲਏ ਨਾ ਬਾਕੀਆਂ ਨੇ ਵੀ ਸਭ ਨੇ ਬਾਈ ਖੁੱਡੇ ਦੇ ਵਿੱਚ ਪੈਰ ਲਾ ਲੈਣੇ ਆ ਤੇ ਇਹ ਡੰਡੇ ਹੁਣ ਮੈਂ ਇੱਥੋਂ ਕੱਢ ਦਿੰਦਾ ਇਹ ਵੀ ਤੇ ਇਹ ਵੀ ਠੀਕ ਆ ਬਾਈ ਨਹੀਂ ਫਿਰ ਕਬੂਤਰੀਆਂ ਆਂਡੇ ਦੇਣ ਵਿੱਚ ਕੀ ਹੋ ਜਾਣਗੀਆਂ ਲੇਟ ਯਾਰ ਚਲੋ ਠੀਕ ਆ ਯਾਰ ਹੁਣ ਬਾਈ ਮੈਂ ਘਰ ਜਾਂਦਾ ਘਰ ਜਾ ਕੇ ਪਾਣੀ ਪੀ ਕੇ ਆਉਣਾ ਤੇ ਇਹ ਵੀਡੀਓ ਦਾ ਹੁਣ ਆਪਾਂ ਐਂਡ ਵੀ ਇੱਥੇ ਕਰ ਦਿੰਦੇ ਹਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਬਾਈ ਸਬਸਕ੍ਰਾਈਬ ਕਰ ਲਿਓ ਤੇ ਦੇਖਿਆ ਬਾਈ ਇਹ ਵੀ ਮੈਂ ਤੁਹਾਡੀ ਗੱਲ ਮੰਨ ਲਈ ਥੱਲੇ ਤੋਂ ਬਾਈ ਉਡਾਰੀ ਵਾਲੇ ਕਬੂਤਰ ਛੱਤ ਦੇ ਉੱਪਰ ਛੱਡ ਤੇ ਹੋਰ ਵੀ ਜੇ ਤੁਸੀਂ ਕੁਛ ਕਹੋਗੇ ਨਾ ਮੈਂ ਤੁਹਾਡੀ ਉਹ ਵੀ ਯਾਰ ਹਰ ਗੱਲ ਮੰਨੂਗਾ ਬਸ ਜੋ ਤੁਹਾਡਾ ਦਿਲ ਕਰਦਾ ਉਵੇਂ ਕਰੋ ਇਹ ਜੋ ਚੈਨਲ ਬਾਈ ਆਪਣਾ ਸਭ ਦਾ ਯਾਰ ਸਾਂਝਾ ਚੈਨਲ ਆ ਤੁਸੀਂ ਮੈਨੂੰ ਦੱਸਦੇ ਰਹਿਣਾ ਤੇ ਮੈਂ ਬਾਈ ਉਹ ਕੁਛ ਕਰਦੇ ਰਹਿਣਾ ਬਸ ਇੰਨੀ ਕੁ ਗੱਲ ਇੰਨੀ ਕੁ ਬਾਤ ਉਹ ਉੱਪਰੋਂ ਪੈ ਗਈ ਰਾਤ ਬਾਈ ਯਾਰ।